ਇਸ ਵੇਲੇ ਖੜ੍ਹੇ ਹਾਂ ਆਪਾਂ ਪਾਈਟੈਕਸ ਦੇ ਹੈਂਗਰ ਨੰਬਰ 7 ਦੇ ਵਿੱਚ, ਜਿੱਥੇ ਤੁਹਾਨੂੰ ਅੰਦਰ ਦੀ ਤਸਵੀਰਾਂ ਦਿਖਾ ਰਹੇ ਹਾਂ ਕਿ ਹੈਂਗਰ ਦੇ ਵਿੱਚ ਕਿਸ ਤਰ੍ਹਾਂ ਅਲੱਗ ਅਲੱਗ ਐਗਜੀਬੀਟਰਸ ਨੇ ਪਾਰਟੀਸਪੇਟ ਕੀਤਾ, ਆਪਣੇ ਆਪਣੇ ਪ੍ਰੋਡਕਟ ਲੈ ਕੇ ਪਾਰਟੀਸਪੇਟ ਕੀਤਾ ਜੀ। ਇੱਥੇ ਡਿਸਪਲੇ ਵੀ ਕਾਫੀ ਅੱਛੀ ਲਗਾਈ ਗਈ ਹੈ, ਇਸ ਦੇ ਨਾਲ ਨਾਲ ਤੁਹਾਨੂੰ ਦਿਖਾ ਦਈਏ ਸਭ ਤੋਂ ਵਧੀਆ ਜਿਹੜਾ ਪੁਆਇੰਟ ਆਫ ਅਟਰੈਕਸ਼ਨ ਜਿਹੜਾ ਬਣਿਆ ਹੋਇਆ ਇਸ ਵੇਲੇ ਸਟਾਲ, ਉਹ ਗਲੈਨ ਦਾ ਜਿਹੜਾ ਹੈ ਉਹ ਬਹੁਤ ਹੀ ਵੱਡਾ ਪੁਆਇੰਟ ਆਫ ਅਟਰੈਕਸ਼ਨ ਬਣਿਆ ਹੋਇਆ, ਜਿੱਥੇ ਕਿ ਫੁੱਟਫਾਲਸ ਵੀ ਕਹਿ ਦਈਏ ਅਤੇ ਆਪਣੇ ਆਪ ਦੇ ਵਿੱਚ ਡੈਕੋਰ ਵੀ ਬਹੁਤ ਵਧੀਆ ਕੀਤਾ ਹੋਇਆ ਜੇ। ਇਸ ਸਟਾਲ ਨੂੰ ਤੁਹਾਨੂੰ ਦਿਖਾ ਦਿੰਦੇ ਹਾਂ, ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਪ੍ਰੋਡਕਟ ਲਈ ਜਿਹੜੇ ਹੋਮ ਕਿਚਨ ਦੇ ਲਈ ਸਾਰੀ ਰੇਂਜ ਜਿਹੜੀ ਹੈ ਕੁੱਕਟੋਪ ਹੋਪ ਚਿਮਨੀ ਹਰ ਤਰ੍ਹਾਂ ਦੀ ਵਰਾਇਟੀ ਤੁਹਾਨੂੰ ਮਿਲ ਜਾਏਗੀ। ਜਿਹੜੀ ਡਿਸਪਲੇ ਜਿਹੜੀ ਹੈ ਪ੍ਰੋਪਰ ਇੱਥੇ ਕਿਚਨ ਮੋਡਿਊਲਰ ਕਿਚਨ ਦੇ ਅਕੋਰਡਿੰਗ ਡਿਸਪਲੇ ਕੀਤੀ ਗਈ ਹੈ। ਇਸ ਦੇ ਨਾਲ ਨਾਲ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਚਿਮਨੀ ਦੀਆਂ, ਜੋ ਕਿ ਲਾਈਵ ਡੈਮੋ ਵੀ ਇੱਥੇ ਤੁਸੀਂ ਲੈ ਸਕਦੇ ਹੋ, ਲਾਈਵ ਡੈਮੋ ਲੈ ਸਕਦੇ ਹੋ ਸਿੰਗ ਵੇਵ ਦੇ ਨਾਲ, ਜਿਸ ਤਰ੍ਹਾਂ ਕਿ ਵੇਵ ਕਰਨ ਦੇ ਨਾਲ ਨਾਲ ਚਿਮਨੀ ਟਰਨ ਔਨ ਟਰਨ ਔਫ ਹੋ ਜਾਂਦੀ ਹੈ। ਇਹਦਾ ਪ੍ਰੋਪਰ ਡੈਮੋ ਵੀ ਦਿੱਤੀ ਗਈ ਹੈ ਇਸਦੀ, ਕਿ ਤੁਸੀਂ ਇੱਥੇ ਫੀਲ ਕਰ ਸਕਦੇ ਹੋ ਕਿ ਇਹ ਜਿਹੜੀ ਚਿਮਨੀ ਹੈ ਇਹਦੀ ਸੰਕਸ਼ਨ ਪਾਵਰ ਕਿੰਨੀ ਹੈ, ਸੰਕਸ਼ਨ ਪਾਵਰ ਕਿੰਨੀ ਹੈ ਤੁਸੀਂ ਇਹ ਵੀ ਦੇਖ ਸਕਦੇ ਹੋ। ਜਿਹੜੀ ਕਿ ਚਿਮਨੀ ਜਿਹੜੀ ਹੈ 3 ਨੰਬਰ 'ਤੇ ਹਜੇ ਚਲਾਈ ਹੈ, ਅਤੇ ਇਹ ਤੁਸੀਂ ਇਸਦੀ ਪਾਵਰ ਦੇਖ ਸਕਦੇ ਹੋ ਆ ਗਿਆ ਥੱਲੇ, ਅਤੇ ਲਾਈਵ ਡੈਮੋ ਹਰ ਪ੍ਰੋਡਕਟ ਦਾ ਦੇਖ ਸਕਦੇ ਹੋ, ਟੱਚ ਐਂਡ ਫੀਲ ਤੁਸੀਂ ਕਰੋ। ਅਤੇ ਗਲੈਨ ਜਿਹੜਾ ਆਪਣੇ ਆਪ 'ਚ ਬਹੁਤ ਹੀ ਜ਼ਿਆਦਾ ਭਰੋਸੇਮੰਦ ਜਿਹੜਾ ਬ੍ਰਾਂਡ ਜਿਹੜਾ ਕਿਚਨ ਅਪਲਾਇੰਸਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਭਰੋਸੇਮੰਦ ਬ੍ਰਾਂਡ ਹੈ, ਜਿਸ ਦੀ ਪੂਰੀ ਰੇਂਜ ਜਿਹੜੀ ਹੈ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗੀ ਪਾਈਟੈਕਸ ਹਾਲ ਨੰਬਰ 8 ਦੇ ਵਿੱਚ ਤੁਸੀਂ ਆ ਜਾਓ। ਅਤੇ ਇਸ ਤੋਂ ਇਲਾਵਾ ਅਗਰ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਰਣਜੀਤ ਐਵਨੂ ਦੇ ਵਿੱਚ ਇਹਨਾਂ ਦਾ ਸਟੋਰ ਹੈ, ਹਾਲ ਬਾਜ਼ਾਰ ਦੇ ਵਿੱਚ ਸਟੋਰ ਹੈ, ਅਤੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਠਾਕੁਰ ਜੀ ਕਲੇਵ ਦੇ ਸਾਹਮਣੇ ਬਦਰੀਨਾਥ ਹੋਸਪਿਟਲ ਦੇ ਕੋਲ ਵੀ ਸਟੋਰ ਹੈ। ਤੁਸੀਂ ਤਿੰਨੇ ਜਗ੍ਹਾ ਕਿਤੇ ਵੀ ਵਿਜ਼ਿਟ ਕਰਕੇ ਆਪਣਾ ਮਨਪਸੰਦ ਪ੍ਰੋਡਕਟ ਲੈ ਸਕਦੇ ਹੋ।